रोस्टेड छोले यानी कि पूजे हुए काले छोले बड़े ही इजीली हर जगह मिल जाते ने। ਇਹ ਜਿੰਨੇ ਖਾਣ ਵਿੱਚ ਟੇਸਟੀ ਹੁੰਦੇ ਨੇ ਉਨੇ ਹੀ ਪੌਸ਼ਟਿਕ ਤੱਤਵ ਨਾਲ ਭਰੇ ਹੁੰਦੇ ਨੇ। ਜੇਕਰ ਤੁਸੀਂ ਹੈਲਦੀ ਸਨੈਕਿੰਗ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਨੂੰ ਕਦੇ ਵੀ ਕਿਤੇ ਵੀ ਖਾ ਸਕਦੇ ਹੋ। ਜੇਕਰ ਤੁਹਾਡਾ ਪੂਰੇ ਦਿਨ ਕੁਝ ਨਾ ਕੁਝ ਖਾਣ ਦਾ ਮਨ ਕਰਦਾ ਰਹਿੰਦਾ ਹੈ ਤੇ ਤੁਸੀਂ ਹਰ ਦਿਨ ਅਨਹੈਲਦੀ ਫੂਡ ਖਾ ਰਹੇ ਹੋ ਤਾਂ ਤੁਹਾਨੂੰ ਅਟਪਟਾ ਖਾਣਾ ਛੱਡ ਕੇ ਕੁਝ ਅਜਿਹਾ ਖਾਣਾ ਚਾਹੀਦਾ ਹੈ ਜਿਸ ਦੇ ਨਾਲ ਤੁਹਾਡੇ ਸਰੀਰ ਨੂੰ ਕਾਫੀ એનર્ਜੀ ਮਿਲੇ। ਅੱਜ ਅਸੀਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਪੁੱਜੇ ਹੋਏ ਛੋਲਿਆਂ ਦੇ ਕੁਝ ਫਾਇਦਿਆਂ ਬਾਰੇ। पुजे हुए छोलियां नू खास तौर ते डायबिटिक पेशेंट्स नू खान दी सलाह दित्ती जांदी है। एह शुगर लेवल नू कंट्रोल विच रखन लई मदद करदे ने। इना दा सेवन करन नाल एनर्जी बूस्ट हो जांदी है ते वधदे हुए वेट नू भी घटाया जा सकता है। पुजे हुए छोलियां विच फाइबर ज्यादा कैलोरी काफी घट मात्रा विच हुंदी है जिहदे नाल पुजे हुए छोले शरीर विच ग्लूकोज दी मात्रा नू सोख के शुगर नू कंट्रोल करन विच मदद करदे ने। इसलिए शुगर दे मरीजा नू अपनी डेली डाइट विच पुजे हुए छोलियां नू जरूर शामिल करना चाहिदा है। पुजे हुए छोले दे सेवन नाल ब्लड प्रेशर भी कंट्रोल विच रहिंदा है। एह शरीर विच ब्लड सर्कुलेशन करन च सहायता करदे ने। ब्लड प्रेशर कंट्रोल च रहन नाल दिल दीआं जुड़ियां परेशानियां तों भी बचा जा सकता है। पुजे हुए छोले विच प्रोटीन, कैल्शियम, आयरन, विटामिन, फाइबर अते होर भी कई पौष्टिक तत्व हुंदे ने, जिदे नाल रोज दो मुट्ठी पुजे छोले खान नाल सुस्ती दूर हो जांदी है, एनर्जी बूस्ट हुंदी है ते नाल ही थकावट अते कमजोरी तो भी छुटकारा मिलदा है ते दिन भर तुसी एनर्जेटिक महसूस करदे हो। ਪੁੱਜੇ ਹੋਏ ਛੋਲਿਆਂ ਵਿੱਚ ਆਇਰਨ ਹੋਣ ਨਾਲ ਖੂਨ ਦੀ ਮਾਤਰਾ ਵਧਣ ਵਿੱਚ ਮਦਦ ਮਿਲਦੀ ਹੈ। ਇਸ ਲਈ ਅਨੀਮੀਆ ਦੇ ਮਰੀਜ਼ਾਂ ਨੂੰ ਇਸ ਨੂੰ ਆਪਣੀ ਡਾਈਟ ਵਿੱਚ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ। ਪੁੱਜੇ ਹੋਏ ਛੋਲਿਆਂ 'ਚ ਕੈਲੋਰੀ ਘੱਟ ਅਤੇ ਫਾਈਬਰ ਜ਼ਿਆਦਾ ਹੁੰਦਾ ਹੈ। ਇਸ ਨੂੰ ਖਾਣ ਨਾਲ ਸਰੀਰ ਨੂੰ ਬਹੁਤ ਘੱਟ ਕੈਲੋਰੀ ਮਿਲਦੀ ਹੈ ਜਿਸ ਦੇ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ, ਜਿਹਦੇ ਨਾਲ ਤੁਸੀਂ ਓਵਰ ਈਟਿੰਗ ਕਰਨ ਦੀ ਸਮੱਸਿਆ ਤੋਂ ਵੀ ਛੁਟਕਾਰਾ ਪਾ ਸਕਦੇ ਹੋ। ਤੁਸੀਂ ਇਸ ਨੂੰ ਸਨੈਕ ਦੇ ਰੂਪ ਵਿੱਚ ਵੀ ਖਾ ਸਕਦੇ ਹੋ। ਅੱਜ ਕੱਲ ਖਾਣ ਪੀਣ ਦੇ ਚਲਦੇ ਲੋਕਾਂ ਨੂੰ ਕਬਜ਼ ਦੀ ਸਮੱਸਿਆ ਦਾ ਕਾਫੀ ਜ਼ਿਆਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਤੁਸੀਂ ਪੁੱਜੇ ਹੋਏ ਛੋਲਿਆਂ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਕਬਜ਼ ਦੀ ਪਰੇਸ਼ਾਨੀ ਖਤਮ ਹੋ ਜਾਂਦੀ ਹੈ ਤੇ ਪੇਟ ਨਾਲ ਜੁੜੀਆਂ ਹੋਰ ਵੀ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ। ਛੋਲਿਆਂ ਦੇ ਇਹਨਾਂ ਫਾਇਦਿਆਂ ਨੂੰ ਸੁਣ ਕੇ ਤੁਹਾਨੂੰ ਇਸ ਨੂੰ ਆਪਣੀ ਡਾਈਟ ਵਿੱਚ ਜ਼ਰੂਰ ਐਡ ਕਰਨਾ ਚਾਹੀਦਾ ਹੈ। ਹੈਲਥ ਰਿਲੇਟਡ ਹੋਰ ਅਪਡੇਟਸ ਦੇ ਲਈ ਤੁਸੀਂ ਦੇਖਦੇ ਰਹੋ ਸਕਾਈ ਨਿਊਜ਼ ਪੰਜਾਬ। ਹਰ ਖਬਰ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, Facebook ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।